ਜਦੋਂ ਉੱਥੇ ਜਾ ਕੇ ਦਰਸ਼ਨ ਕਰਦੇ ਹਾਂ ਅਤੇ ਜੋ ਆਪਾਂ ਸੁਣਿਆ ਵਾ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਅੱਜ ਕੱਲ੍ਹ ਫਤਿਹਗੜ੍ਹ ਸਾਹਿਬ ਹਾਂਜੀ ਹਾਂਜੀ ਉਹਨਾਂ ਦੀ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ ਸਾਹਿਬਜ਼ਾਦਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਚਿਣ ਦਿੱਤਾ ਗਿਆ ਉੱਥੇ ਜਾ ਕੇ ਦਰਸ਼ਨ ਕਰਦੇ ਹਾਂ ਅਤੇ ਉਹ ਜਿਹੜੀਆਂ ਨੀਹਾਂ ਵਾ ਉਹ ਕੰਧਾਂ ਵਾ ਉਹ ਜਿਹੜਾ ਮਾਹੌਲ ਆ ਉੱਥੋਂ ਸਾਨੂੰ ਨਹੀਂ ਨਜ਼ਰ ਆਉਂਦਾ ਅਤੇ ਇਹ 'ਚ ਇਹ ਕੀ ਕਾਰਨ ਹੈ ਵੀ ਇਹ ਚੀਜ਼ ਅਲੋਪ ਕਿਉਂ ਹੋਈ ਅਲੋਪ ਦੇ ਕਾਰਨ ਭਾਈ ਸਾਹਿਬ ਜੀ ਇਹ ਆ ਵੀ ਜਿਵੇਂ ਮੰਨ ਲਓ ਵੀ ਇੱਕ ਤਾਂ ਮੈਂ ਕਹਿ ਸਕਦਾ ਵੀ ਹੋ ਸਕਦਾ ਵੀ ਜਿਹੜੇ ਸੇਵਾ ਲੈਂਦੇ ਆ ਹਾਂਜੀ ਇਤਿਹਾਸਕ ਸਥਾਨਾਂ 'ਤੇ ਜੀ ਹੋ ਸਕਦਾ ਉਹਨਾਂ ਨੂੰ ਗਿਆਨ ਹੀ ਨਾ ਹੋਵੇ ਵੀ ਜਿਹੜਾ ਕੰਮ ਅਸੀਂ ਕਰਨ ਲੱਗੇ ਆ ਵੀ ਇਹ ਕੰਮ ਬਹੁਤ ਮਾੜਾ ਆ ਜੀ ਬਿਲਕੁਲ ਨੁਕਸਾਨ ਕਰੂਗਾ ਕੌਮ ਦਾ ਤੁਹਾਡੇ ਮੁਤਾਬਕ ਕੀ ਉਹ ਆਲੀਸ਼ਾਨ ਇਮਾਰਤਾਂ ਬਣਾਉਣੀਆਂ ਜ਼ਰੂਰੀ ਹੈ ਕਿ ਜਾਂ ਉਹ ਪੁਰਾਣਾ ਇਤਿਹਾਸ ਜਿਹੜਾ ਇਤਿਹਾਸ ਹੈ ਉਹ ਸਾਹਮਣਾ ਜ਼ਰੂਰੀ ਹੈ ਮੇਰੇ ਜੀ ਤਾਂ ਸੋਚ ਦੇ ਮੁਤਾਬਕ ਪੁਰਾਤਨ ਜਿਹੜੀਆਂ ਇਮਾਰਤਾਂ ਸੀ ਜੋ ਵੀ ਇਤਿਹਾਸ ਨਾਲ ਸੰਬੰਧ ਰੱਖਦੀਆਂ ਚੀਜ਼ਾਂ ਵਾ ਜੀ ਭਾਵੇਂ ਉਹ ਰੁੱਖ ਵੀ ਆ ਭਾਵੇਂ ਉਹ ਆਪਣੇ ਕੋਈ ਜਿੱਦਾਂ ਮੰਨ ਲਓ ਜੇਲ੍ਹ ਲਾ ਲਓ ਹਾਂਜੀ ਭਾਵੇਂ ਜਿੱਦਾਂ ਮੰਨ ਲਓ ਕੋਠਰੀ ਲਾ ਲਓ ਜਾਂ ਕੋਈ ਇਤਿਹਾਸਕ ਚੱਕੀਆਂ ਹਾਂਜੀ ਆਦਿਕ ਜਿੰਨੇ ਵੀ ਸਰੋਤ ਆ ਇਤਿਹਾਸ ਦੇ ਹਾਂਜੀ ਹਾਂਜੀ ਉਹ ਸਾਰੇ ਸੰਭਾਲ ਕੇ ਰੱਖਣੇ ਚਾਹੀਦੇ ਆ ਜੇ ਇਮਾਰਤ ਬਣਾਉਣੀ ਵੀ ਆ ਸੰਗਤ ਦੀ ਸਹੂਲਤ ਲਈ ਤਾਂ ਉਹਨੂੰ ਥੋੜ੍ਹਾ ਜਿਹਾ ਹਟ ਕੇ ਬਣਾ ਸਕਦੇ ਹਾਂ ਇੱਕ ਤਾਂ ਉਹ ਹੋ ਗਏ ਜਿਹਨਾਂ ਦੇ ਪੁਰਾਣੀਆਂ ਇਮਾਰਤਾਂ ਢਾਹ ਕੇ ਨਵੀਆਂ ਬਣਾ ਦਿੱਤੀਆਂ ਇੱਕ ਉਹ ਜਿਹਨਾਂ 'ਤੇ ਬਣਾਈਆਂ ਵੀ ਨਹੀਂ ਗਈਆਂ ਉਹ ਕੋਈ ਤੁਹਾਡੇ ਮੁਤਾਬਕ ਕੋਈ ਜਾਣਕਾਰੀ ਨਜ਼ਰ 'ਚ ਹੈ ਇਹੋ ਜੀ ਇੱਕ ਜਿਵੇਂ ਆਪਣੇ ਬਟਾਲਾ ਤੋਂ ਜਿਵੇਂ ਡੇਰਾ ਬਾਬਾ ਨਾਨਕ ਆਪਣੇ ਜਾਣੇ ਡੇਰਾ ਨਾਨਕ ਬਾਬਾ ਸਾਹਿਬ ਆਪਣੇ ਡੇਰਾ ਨਾਨਕ ਹਾਂਜੀ 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 ਉੱਧਰੋਂ ਜਾਂਦੇ ਰਸਤੇ ਵਿੱਚ ਆਉਂਦਾ ਵਾ ਖਵਾਜਾ ਵਰਦਕ ਪਰ ਉਹ ਜਿਹੜੀ ਆ ਆਪਣੇ ਉੱਥੇ ਸਥਾਨ ਕੋਈ ਨਹੀਂ ਬਣਿਆ ਉਹਦਾ ਨਾਮ ਵੀ ਜਿਹੜਾ ਵਾ ਅੱਜ ਕੱਲ੍ਹ ਬਦਲ ਦਿੱਤਾ ਕਾਗਜ਼ਾਂ ਦੇ ਵਿੱਚ ਨਾਮ ਉਹ ਹੀ ਆ ਰਿਹਾ ਵਾ ਅੱਛਾ ਜੀ ਪਰ ਉਹਦਾ ਨਾਮ ਜਿਹੜਾ ਹੁਣ ਡੇਰਾ ਪਠਾਣਾ ਕਰਦਾ ਜਿਹਨੂੰ ਪਤਾ ਹੀ ਕੁਝ ਨਹੀਂ ਆ ਹਾਂਜੀ ਸਿੱਖੀ ਬਾਰੇ ਉਹ ਕਿਵੇਂ ਇਹਨੂੰ ਟਾਈਮ ਦੇਊਗਾ ਉਹ ਤਾਂ ਬਸ ਟਾਈਮ ਉਹਨੇ ਆਪਣੀ ਰੁਚੀ ਮੁਤਾਬਕ ਹੀ ਦੇਣਾ ਆ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਬੈਠੇ ਹੁੰਦੇ ਹਾਂ ਆਪਾਂ ਉੱਥੇ ਜਾ ਕੇ ਵੀ ਉਹ ਚੀਜ਼ਾਂ ਵੇਖੀ ਦੀਆਂ ਵਾ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਮਨਪਸੰਦੀ ਸ਼ੋਅ ਕੌਮੀ ਮੁੱਦੇ ਲੈ ਕੇ ਹਾਜ਼ਰ ਹੋਏ ਹਾਂ ਸੋ ਇਸ ਵਾਰ ਅਸੀਂ ਆਪ ਜੀ ਨਾਲ ਮੁਲਾਕਾਤ ਕਰਾਵਾਂਗੇ ਨਵੀਂ ਵਿਚਾਰ ਨਾਲ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਇੱਕ ਨਵਾਂ ਵਿਸ਼ਾ ਹੋਏਗਾ ਜੋ ਮੈਂ ਸੋਚਦਾ ਸਾਡੀ ਕੌਮ 'ਚ ਬੜਾ ਜ਼ਰੂਰੀ ਵੀ ਆ ਕਿਉਂਕਿ ਇਸ ਕਰਕੇ ਜ਼ਰੂਰੀ ਸਮਝਦਾ ਵੀ ਇਹ ਜਿਹੜੀ ਨੌਜਵਾਨ ਪੀੜ੍ਹੀ ਹੈ ਅੱਜ ਜਿਹੜਾ ਸਾਡਾ ਅੱਜ ਦਾ ਸਿੱਖ ਹੈ ਇਸ ਚੀਜ਼ ਤੋਂ ਦੂਰ ਹੋ ਗਿਆ ਉਹ ਹੈ ਸ਼ਾਇਦ ਇਹਨਾਂ ਚੀਜ਼ਾਂ ਜਾਣਕਾਰੀ ਨਹੀਂ ਰੱਖਦਾ ਹੈਗਾ ਉਹ ਹੈਗਾ ਸਾਡਾ ਅੱਜ ਦਾ ਵਿਸ਼ਾ ਹੈ ਵੀ ਪੁਰਾਤਨ ਇਤਿਹਾਸਕ ਅਸਥਾਨ ਜਿਹੜੇ ਨੇ ਉਹ ਅਲੋਪ ਹੋ ਗਏ ਨੇ ਇਹਨਾਂ ਦੇ ਬਾਰੇ ਆਪਾਂ ਅੱਜ ਵਿਚਾਰ ਕਰਾਂਗੇ ਸਾਡੇ ਨਾਲ ਵਿਚਾਰ ਕਰਨਗੇ ਭਾਈ ਸਾਹਿਬ ਭਾਈ ਬਲਰਾਜ ਸਿੰਘ ਜੀ ਪ੍ਰਚਾਰਕ ਜੋ ਬਟਾਲੇ ਤੋਂ ਦੂਰ ਦੂਰ ਹੋਰ ਇਲਾਕਿਆਂ ਵਿੱਚ ਵਿਚਾਰ ਕਰਦੇ ਨੇ ਸੋ ਆਓ ਭਾਈ ਸਾਹਿਬ ਨਾਲ ਵਿਚਾਰ ਕਰਦੇ ਇਸ ਵਿਸ਼ੇ ਬਾਰੇ ਭਾਈ ਸਾਹਿਬ ਜੀ ਆਪਦੇ ਸਟੂਡੀਓ ਪਹੁੰਚਣ 'ਤੇ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜਿਹੜੇ ਪੁਰਾਤਨ ਗੁਰੂ ਸਾਹਿਬਾਂ ਨਾਲ ਸੰਬੰਧਿਤ ਇਤਿਹਾਸਕ ਅਸਥਾਨ ਸੀ ਉਹਨਾਂ ਦੀ ਸਿੱਖ ਕੌਮ ਵਿੱਚ ਕੀ ਮਹੱਤਤਾ ਸੀ ਅਤੇ ਸਾਡੇ ਲਈ ਉਹ ਕਿਉਂ ਜ਼ਰੂਰੀ ਸੀ ਹਾਂਜੀ ਜਿਵੇਂ ਕਿ ਆਪਣੇ ਸਿੱਖ ਇਤਿਹਾਸਕ ਵਿੱਚ ਉਹਨਾਂ ਦੀ ਮਹੱਤਤਾ ਬਾਰੇ ਆਪ ਜੀ ਨੇ ਪੁੱਛਿਆ ਬਹੁਤ ਹੀ ਜ਼ਿਆਦਾ ਮਹੱਤਤਾ ਵਾ ਜਦੋਂ ਵੀ ਕਿਤੇ ਕੋਈ ਵੀ ਸਿੱਖੀ ਨਾਲ ਜੁੜਦਾ ਆ ਜੀ ਗੁਰੂ ਘਰ ਨਾਲ ਜੁੜਦਾ ਹਾਂਜੀ ਹਾਂਜੀ ਬਿਲਕੁਲ ਜੀ ਉਹ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਦੇ ਇਤਿਹਾਸ ਸੁਣ ਕੇ ਸਰਵਣ ਕਰਕੇ ਹਾਂਜੀ ਉਹਦੇ ਮਨ 'ਚ ਪ੍ਰੇਮ ਸ਼ਰਧਾ ਪਿਆਰ ਪੈਦਾ ਹੁੰਦਾ ਆ ਅਤੇ ਫਿਰ ਉਹ ਗੁਰੂ ਘਰ ਵੱਲ ਨੂੰ ਖਿੱਚਿਆ ਜਾਂਦਾ ਹੈ ਬਿਲਕੁਲ ਜੀ ਜਦੋਂ ਇਤਿਹਾਸ ਦੀ ਗੱਲ ਆਉਂਦੀ ਹੈ ਫਿਰ ਉਹ ਇਤਿਹਾਸ ਜਦੋਂ ਸੁਣਦਾ ਆ ਵੀ ਸਾਡੇ ਸਤਿਗੁਰੂ ਮਹਾਰਾਜ ਜੀ ਨੇ ਆ ਜਿਹੜਾ ਆਪਣੇ ਇੱਥੇ ਆਪਣੇ ਕੁਰਬਾਨੀ ਕੀਤੀ ਆ ਜਾਂ ਕੋਈ ਵੀ ਕੌਤਕ ਜਾਂ ਮਹਾਰਾਜ ਦੇ ਨਾਲ ਸੰਬੰਧ ਰੱਖਦਾ ਆ ਇਤਿਹਾਸ ਹਾਂਜੀ ਉਹਨੂੰ ਦੇਖਣਾ ਵੀ ਚਾਹੁੰਦਾ ਵਾ ਦਰਸ਼ਨ ਵੀ ਕਰਨਾ ਚਾਹੁੰਦਾ ਉਸ ਇਤਿਹਾਸ ਸਥਾਨ ਦੇ ਜਿਵੇਂ ਆਪਾਂ ਮੰਨ ਲਓ ਫਤਿਹਗੜ੍ਹ ਸਾਹਿਬ ਦੀ ਆਪਣੇ ਗੱਲ ਕਰਦੇ ਹਾਂ ਹਾਂਜੀ ਹਾਂਜੀ ਸਭ ਤੋਂ ਜ਼ਿਆਦਾ ਆਪਾਂ ਸੁਣ ਕੇ ਇਤਿਹਾਸ ਅਤੇ ਸਾਡੇ ਮਨ ਦੇ ਵਿੱਚ ਵੈਰਾਗ ਅਤੇ ਪ੍ਰੇਮ ਆਉਂਦਾ ਆ ਬਿਲਕੁਲ ਆਉਂਦਾ ਜੀ ਕੋਈ ਸ਼ੱਕ ਨਹੀਂ ਹਾਂਜੀ ਸਭ ਤੋਂ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਆ ਹਾਂਜੀ ਸੁਣ ਕੇ ਮਨ ਦੇ ਵਿੱਚ ਪ੍ਰੇਮ ਆਇਆ ਵਾ ਗੁਰੂ ਘਰ ਦੇ ਨਾਲ ਮਨ ਜਿਹੜਾ ਵਾ ਜੋੜਨਾ ਸ਼ੁਰੂ ਹੋਇਆ ਆਰੰਭਤਾ ਹੋਈ ਹੈ ਬਿਲਕੁਲ ਮਨ ਦੇ ਵਿੱਚ ਇੱਛਾ ਵੀ ਹੈ ਵੀ ਮੈਂ ਦਰਸ਼ਨ ਕਰਕੇ ਆਉਣੇ ਉੱਥੇ ਜਾ ਕੇ ਬਿਲਕੁਲ ਬਿਲਕੁਲ ਹਾਂਜੀ ਜਦੋਂ ਉੱਥੇ ਜਾ ਕੇ ਉਹ ਦਰਸ਼ਨ ਕਰਦੇ ਹਾਂ ਆਪਾਂ ਜਾ ਕੇ ਦਰਸ਼ਨ ਕਰਦੇ ਹਾਂ ਅਤੇ ਜੋ ਆਪਾਂ ਸੁਣਿਆ ਵਾ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਅੱਜ ਕੱਲ੍ਹ ਫਤਿਹਗੜ੍ਹ ਸਾਹਿਬ ਹਾਂਜੀ ਹਾਂਜੀ ਉਹਨਾਂ ਦੀ ਨੀਹਾਂ ਦੇ ਵਿੱਚ ਚਿਣ ਦਿੱਤਾ ਗਿਆ ਸਾਹਿਬਜ਼ਾਦਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਚਿਣ ਦਿੱਤਾ ਗਿਆ ਉੱਥੇ ਜਾ ਕੇ ਦਰਸ਼ਨ ਕਰਦੇ ਹਾਂ ਅਤੇ ਉਹ ਜਿਹੜੀਆਂ ਨੀਹਾਂ ਵਾ ਉਹ ਕੰਧਾਂ ਵਾ ਉਹ ਜਿਹੜਾ ਮਾਹੌਲ ਆ ਉੱਥੋਂ ਸਾਨੂੰ ਨਹੀਂ ਨਜ਼ਰ ਆਉਂਦਾ ਬਿਲਕੁਲ ਬਿਲਕੁਲ ਮਨ ਜਿਹੜਾ ਬੜਾ ਉਦਾਸ ਹੁੰਦਾ ਵਾ ਬੜਾ ਵੈਰਾਗ ਵਿੱਚ ਆਉਂਦਾ ਆ ਅਤੇ ਇੱਥੇ ਇਹ ਕੀ ਕਾਰਨ ਹੈ ਵੀ ਇਹ ਚੀਜ਼ ਅਲੋਪ ਕਿਉਂ ਗਈ
ਲੋਪ ਦੇ ਕਾਰਨ ਭਾਈ ਸਾਹਿਬ ਜੀ ਇਹ ਆ ਵੀ ਜਿਵੇਂ ਮੰਨ ਲਓ ਵੀ ਇੱਕ ਤੇ ਮੈਂ ਕਹਿ ਸਕਦਾ ਵੀ ਹੋ ਸਕਦਾ ਵੀ ਜਿਹੜੇ ਸੇਵਾ ਲੈਂਦੇ ਆ ਹਾਂਜੀ ਇਤਿਹਾਸਕ ਸਥਾਨਾਂ ਦੀ ਜੀ ਹੋ ਸਕਦਾ ਉਹਨਾਂ ਨੂੰ ਗਿਆਨ ਹੀ ਨਾ ਹੋਵੇ ਵੀ ਜਿਹੜਾ ਕੰਮ ਅਸੀਂ ਕਰਨ ਲੱਗੇ ਆ ਵੀ ਇਹ ਕੰਮ ਬਹੁਤ ਮਾੜਾ ਆ ਜੀ ਬਿਲਕੁਲ ਨੁਕਸਾਨ ਕਰੂਗਾ ਕੌਮ ਦਾ ਬਿਲਕੁਲ ਅਤੇ ਉਹ ਸੋਚਦੇ ਨਹੀਂ ਹੋਣ ਇਹ ਗੱਲ ਇਹ ਵਿਚਾਰਦੇ ਨਾ ਹੋਣ ਇੱਕ ਸਿੱਖ ਦੀ ਭਾਵਨਾ ਬਿਲਕੁਲ ਇੱਕ ਸਿੱਖ ਦੇ ਪਿਆਰ ਨੂੰ ਇੱਕ ਇਹ ਗੱਲ ਆ ਵੀ ਉਹਨਾਂ ਦੇ ਅੰਦਰ ਅਗਿਆਨ ਆ ਗਿਆਨ ਨਹੀਂ ਆ ਕਿ ਇਹ ਕੀ ਇਕੱਲਾ ਗਿਆਨ ਹੀ ਜ਼ਿੰਮੇਵਾਰ ਆ ਕਿ ਜਾਂ ਇਸ ਤੋਂ ਇਲਾਵਾ ਜਿਹੜੇ ਲੋਕ ਨੇ ਉਹ ਜਿਹੜੇ ਇਸ ਤਰ੍ਹਾਂ ਇਮਾਰਤਾਂ ਨੂੰ ਟੈਲ ਢੇਰੀ ਕਰ ਰਹੇ ਨੇ ਕੀ ਉਹਨਾਂ ਦੀ ਅਹਿਮੀਅਤ ਨਹੀਂ ਜਾਣਦੇ ਇੱਕ ਤਾਂ ਅਗਿਆਨ ਵੀ ਆ ਇੱਕ ਨਾਲ ਸਾਜਿਸ਼ ਵੀ ਆ ਉਹ ਕਿਵੇਂ ਸਾਜਿਸ਼ ਕਿਵੇਂ ਜਿਵੇਂ ਮੰਨ ਲਓ ਵੀ ਸਿੱਖੀ ਤੋਂ ਜਿਹੜੇ ਆਪਣੇ ਸਿੱਖੀ ਨਾਲ ਜੁੜੇ ਨਾਲ ਲੋਕ ਹਾਂਜੀ ਆਪਣੇ ਇਤਿਹਾਸ ਜਿਹੜਾ ਸਥਾਨਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ 'ਚ ਪ੍ਰੇਮ ਵੈਰਾਗ ਨਾ ਆਵੇ ਭੁੱਲ ਜਾਣ ਆਪਣੇ ਵੱਡੇ ਵੱਡੇ ਰਹਿੰਦੀਆਂ ਜੋ ਉਹਨਾਂ ਦਾ ਇਤਿਹਾਸ ਆ ਬਿਲਕੁਲ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਣ ਅਤੇ ਉਹ ਦੂਰ ਹੋ ਜਾਣ ਅਤੇ ਬਸ ਇੱਕੋ ਹੀ ਬਸ ਮਾਹੌਲ ਜਿਹੜਾ ਵਾ ਸਾਰੇ ਹੀ ਪੈਦਾ ਹੋ ਗਿਆ ਵੀ ਜਦੋਂ ਆਪਾਂ ਜਾਂਦੇ ਹਾਂ ਦਰਸ਼ਨ ਕਰਨ ਹਰੇਕ ਥਾਂ 'ਤੇ ਜਦੋਂ ਆਪਾਂ ਦਰਸ਼ਨ ਕਰਨ ਜਾਈਦਾ ਮਹਾਰਾਜ ਜੀ ਦੇ ਅਤੇ ਉੱਥੇ ਇਤਿਹਾਸਕ ਜੋ ਸਥਾਨ ਦੀ ਮਹੱਤਤਾ ਆਪਾਂ ਪੜ੍ਹੀ ਸੁਣੀ ਆ ਉਹ ਨਜ਼ਰ ਨਹੀਂ ਆਉਂਦੀ ਉੱਥੇ ਇੱਕ ਗੁਰਦੁਆਰਾ ਸਾਹਿਬ ਦੀ ਇੱਕ ਬਹੁਤ ਵੱਡੀ ਆਲੀਸ਼ਾਨ ਇਮਾਰਤ ਆ ਸੰਗਮਰਮਰ ਲੱਗਾ ਆ ਪੱਥਰ ਲੱਗਾ ਆ ਹੋਰ ਬਹੁਤ ਚੀਜ਼ਾਂ ਉੱਥੇ ਉਸਾਰੀ ਕੀਤੀ ਗਈ ਆ ਤੁਹਾਡੇ ਮੁਤਾਬਕ ਕੀ ਉਹ ਆਲੀਸ਼ਾਨ ਇਮਾਰਤਾਂ ਬਣਾਉਣੀਆਂ ਜ਼ਰੂਰੀ ਹੈ ਕਿ ਜਾਂ ਉਹ ਪੁਰਾਣਾ ਇਤਿਹਾਸ ਜਿਹੜਾ ਇਤਿਹਾਸ ਹੈ ਉਹ ਸਾਂਭਣਾ ਜ਼ਰੂਰੀ ਹੈ ਮੇਰੇ ਜੀ ਤਾਂ ਸੋਚ ਦੇ ਮੁਤਾਬਕ ਪੁਰਾਤਨ ਜਿਹੜੀਆਂ ਇਮਾਰਤਾਂ ਸੀ ਜੋ ਵੀ ਇਤਿਹਾਸ ਨਾਲ ਸੰਬੰਧ ਰੱਖਦੀਆਂ ਚੀਜ਼ਾਂ ਵਾ ਜੀ ਭਾਵੇਂ ਉਹ ਰੁੱਖ ਵੀ ਆ ਭਾਵੇਂ ਉਹ ਆਪਣੇ ਕੋਈ ਜਿੱਦਾਂ ਮੰਨ ਲਓ ਜੇਲ੍ਹ ਲਾ ਲਓ ਹਾਂਜੀ ਭਾਵੇਂ ਜਿੱਦਾਂ ਮੰਨ ਲਓ ਕੋਠਰੀ ਲਾ ਲਓ ਜਾਂ ਕੋਈ ਇਤਿਹਾਸਕ ਚੱਕੀਆਂ ਹਾਂਜੀ ਆਦਿਕ ਜਿੰਨੇ ਵੀ ਸਰੋਤ ਆ ਇਤਿਹਾਸ ਦੇ ਹਾਂਜੀ ਹਾਂਜੀ ਉਹ ਸਾਰੇ ਸੰਭਾਲ ਕੇ ਰੱਖਣੇ ਚਾਹੀਦੇ ਆ ਜੇ ਇਮਾਰਤ ਬਣਾਉਣੀ ਵੀ ਆ ਸੰਗਤ ਦੀ ਸਹੂਲਤ ਲਈ ਤਾਂ ਉਹਨੂੰ ਥੋੜ੍ਹਾ ਜਿਹਾ ਹਟ ਕੇ ਬਣਾ ਸਕਦੇ ਹਾਂ ਮਤਲਬ ਉਹਨੂੰ ਸੇਵ ਰੱਖ ਸਕਦੇ ਹਾਂਜੀ ਉਹਨੂੰ ਸੇਵ ਕਰਕੇ ਜੀ ਜੀ ਇਹ ਨਹੀਂ ਵੀ ਉਹਨੂੰ ਢਾਹ ਕੇ ਆਪਾਂ ਉੱਥੇ ਹੀ ਬਣਾਉਣੀ ਆ ਪਰ ਇਹ ਕੀ ਕਾਰਨ ਹੈ ਵੀ ਅੱਜ ਉੱਥੇ ਪੁਰਾਣੀ ਢਾਹ ਕੇ ਉੱਥੇ ਨਵੀਂ ਕਿਉਂ ਬਣਾਈ ਜਾ ਰਹੀ ਹੈ ਇਹਦਾ ਕਾਰਨ ਤਾਂ ਫਿਰ ਇਹੋ ਹੀ ਹੋ ਸਕਦਾ ਵੀ ਇੱਕ ਤਾਂ ਅਗਿਆਨ ਵੱਸ ਆ ਇੱਕ ਉਹਨਾਂ ਨੂੰ ਪਤਾ ਨਹੀਂ ਆ ਵੀ ਇਹ ਆਪਣੀ ਜਿਹੜੀ ਆ ਇਤਿਹਾਸਕ ਜਿਹੜੀ ਆਪਣੇ ਸਥਾਨ ਆ ਇਹਦੀ ਕੀ ਮਹੱਤਤਾ ਵਾ ਸਿੱਖ ਕੌਮ ਦੇ ਵਿੱਚ ਇੱਕ ਇਹ ਹੋ ਗਿਆ ਦੂਜਾ ਇਹ ਆ ਵੀ ਜਾਣ ਬੁੱਝ ਕੇ ਵੀ ਕੀਤਾ ਜਾ ਰਿਹਾ ਵੀ ਜਿਹੜੇ ਆਪਣੇ ਆਉਣ ਵਾਲੇ ਅਤੇ ਆਪਣੇ ਜਿਹੜੀ ਆ ਜਨਰੇਸ਼ਨ ਆ ਉਹਨੂੰ ਇਹ ਆਪਣੇ ਸੱਚ ਨਾਲ ਪ੍ਰਤੀਤ ਹੋਵੇ ਬਿਲਕੁਲ ਹਾਂਜੀ ਅੱਛਾ ਮੇਰੀ ਗੱਲ ਤੁਹਾਡੇ ਮੁਤਾਬਕ ਕਿਹੜੇ ਕਿਹੜੇ ਇਤਿਹਾਸਕ ਸਥਾਨ ਜਿਹੜੇ ਅਲੋਪ ਹੋ ਗਏ ਹੁਣ ਤੱਕ ਇਤਿਹਾਸਕ ਸਥਾਨ ਤਾਂ ਜੇ ਜਾਈਏ ਆਪਾਂ ਤਾਂ ਜੇ ਮੰਨ ਲਓ ਸਥਾਨ ਤਾਂ ਉੱਥੇ ਬਣੇ ਹੋਏ ਆ ਅੱਛਾ ਜੀ ਹਾਂਜੀ ਹਾਂਜੀ ਜਿਹੜੇ ਪੁਰਾਣੇ ਜਿਹੜੇ ਗੁਰੂ ਸਾਹਿਬ ਨਾਲ ਸੰਬੰਧਿਤ ਸੀ ਪੁਰਾਣੇ ਕੁਝ ਹਾਂਜੀ ਕੁਝ ਇਤਿਹਾਸ ਜਿਹੜੇ ਗੁਰੂ ਸਾਹਿਬ ਨਾਲ ਸੰਬੰਧਿਤ ਸੀ ਉਹ ਪੁਰਾਣੇ ਜਿਹੜੇ ਉਹ ਜਿਹੜੇ ਅਲੋਪ ਹੋ ਚੁੱਕੇ ਨੇ ਉਹਨਾਂ 'ਚ ਇੱਕ ਤਾਂ ਦੱਸੋ ਜਿਹੜਾ ਜਿਹਦੇ ਥਾਂ 'ਤੇ ਮੈਂ ਉਦਾਹਰਨ ਨਾਲ ਗੱਲ ਕਰਦਾ ਵਾਂ ਇੱਕ ਤਾਂ ਉਹ ਹੋ ਗਏ ਜਿਨ੍ਹਾਂ ਦੇ ਪੁਰਾਣੀਆਂ ਇਮਾਰਤਾਂ ਢਾਹ ਕੇ ਨਵੀਆਂ ਬਣਾ ਦਿੱਤੀਆਂ ਇੱਕ ਉਹ ਜਿਨ੍ਹਾਂ 'ਤੇ ਬਣਾਈਆਂ ਵੀ ਨਹੀਂ ਗਈਆਂ ਉਹ ਕੋਈ ਤੁਹਾਡੇ ਮੁਤਾਬਕ ਕੋਈ ਜਾਣਕਾਰੀ ਨਜ਼ਰ 'ਚ ਹੈ ਇਹੋ ਜੀ ਇੱਕ ਜਿਵੇਂ ਆਪਣੇ ਬਟਾਲਾ ਤੋਂ ਜਿਹੜਾ ਡੇਰਾ ਬਾਬਾ ਨਾਨਕ ਆਪਣੇ ਜਾਂਦੇ ਡੇਰਾ ਨਾਨਕ ਬਾਬਾ ਸਾਹਿਬ ਆਪਣੇ ਡੇਰਾ ਨਾਨਕ ਹਾਂਜੀ 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 ਉੱਧਰ ਨੂੰ ਜਾਂਦੇ ਰਸਤੇ ਵਿੱਚ ਆਉਂਦਾ ਵਾ ਖਵਾਜਾ ਵਰਦਕ ਠੀਕ ਹੈ ਹਾਂਜੀ ਖਵਾਜਾ ਵਰਦਕ ਪਿੰਡ ਦਾ ਨਾਮ ਸੀ ਉੱਥੇ ਇੱਕ ਆਪਣੇ ਜੋ ਨਾਮਦਾਇਕ ਮਨੁੱਖ ਸੀ ਖਵਾਜਾ ਵਰਦਕ ਹਾਂਜੀ ਉਹਦੇ ਨਾਲ ਸਤਿਗੁਰੂ ਨਾਨਕ ਦੇਵ ਜੀ ਦੀ ਗੋਸ਼ਟ ਹੋਈ ਵਿਚਾਰ ਹੋਈ ਜੀ ਬਿਲਕੁਲ ਪਰ ਉਹ ਜਿਹੜੀ ਆ ਆਪਣੇ ਉੱਥੇ ਸਥਾਨ ਕੋਈ ਨਹੀਂ ਬਣਿਆ ਉਹਦਾ ਨਾਮ ਵੀ ਜਿਹੜਾ ਵਾ ਅੱਜ ਕੱਲ੍ਹ ਬਦਲ ਦਿੱਤਾ ਕਾਗਜ਼ਾਂ ਦੇ ਵਿੱਚ ਨਾਮ ਉਹ ਹੀ ਆ ਰਿਹਾ ਵਾ ਅੱਛਾ ਜੀ ਪਰ ਉਹਦਾ ਨਾਮ ਜਿਹੜਾ ਹੁਣ ਡੇਰਾ ਪਠਾਣਾ ਕਰਤਾ ਅੱਛਾ ਜੀ ਹਾਂਜੀ ਹਾਂਜੀ ਅਤੇ ਤੁਸੀਂ ਕਿੱਥੋਂ ਇਹ ਪੜ੍ਹੇ ਆ ਕਿਹੜੀ ਕਿਹੜੀ ਗੱਲ ਕਰਦੇ ਹੋ ਇਹ ਭਾਈ ਕਿਰਪਾਲ ਸਿੰਘ ਜੀ ਜਿਹੜੇ ਆ ਉਹਨਾਂ ਨੇ ਆਪਣੇ ਜਨਮ ਸਾਖੀਆਂ ਦੇ ਵਿੱਚ ਜਿਹੜਾ ਵਾ ਹਵਾਲਾ ਦਿੱਤਾ ਆ ਅੱਛਾ ਜੀ ਅਤੇ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਇਤਿਹਾਸਕ ਸਥਾਨ ਨੇ ਜਿਨ੍ਹਾਂ ਦਾ ਸੰਬੰਧ ਗੁਰੂ ਸਾਹਿਬਾਨਾਂ ਨਾਲ ਬੜਾ ਗੂੜਾ ਬਣਿਆ ਹੋਇਆ ਹਾਂਜੀ ਜਿਨ੍ਹਾਂ ਨਾਲ ਸਿੱਖ ਕੌਮ ਅੰਦਰ ਸਤਿਕਾਰ ਵੀ ਬੜਾ ਹੈ ਜੀ ਤੁਹਾਡੇ ਮੁਤਾਬਕ ਜਿਹੜੀਆਂ ਸਿੱਖ ਇਮਾਰਤਾਂ ਨੇ ਅਤੇ ਜਿਹੜੀ ਆ ਹੋਰ ਗੁਰੂ ਸਾਹਿਬ ਨਾਲ ਸੰਬੰਧਿਤ ਉਹਨਾਂ ਦੇ ਗੁਰੂ ਸਾਹਿਬਾਨ ਦੇ ਚੋਲੇ ਨੇ ਜਾਂ ਗੁਰੂ ਸਾਹਿਬ ਨੇ ਦਸਤਾਰਾਂ ਨੇ ਜਾਂ ਗੁਰੂ ਸਾਡੇ ਸ਼ਸਤਰ ਨੇ ਹਾਂਜੀ ਇਹ ਜਿਹੜੀਆਂ ਪੁਰਾਤਨ ਇਤਿਹਾਸਕ ਨਿਸ਼ਾਨੀਆਂ ਨੇ ਹਾਂਜੀ ਹੁਣ ਤੱਕ ਸਾਡੀ ਜਨਰੇਸ਼ਨ ਨੂੰ ਕਿੰਨਾ ਕੁ ਇਸ ਬਾਰੇ ਜਾਣਕਾਰੀ ਹੋਵੇਗੀ ਤੁਹਾਡੇ ਮੁਤਾਬਕ ਕੀ ਤੁਸੀਂ ਦੱਸ ਸਕਦੇ ਵੀ ਜਿਹੜੀ ਜਨਰੇਸ਼ਨ ਆ ਉਹ ਕਿੰਨਾ ਕੁ ਧਿਆਨ ਦਿੰਦੀ ਉਹਦੇ ਬਾਰੇ ਬਹੁਤ ਘੱਟ ਧਿਆਨ ਆ ਜਨਰੇਸ਼ਨ ਦਾ ਬਹੁਤ ਧਿਆਨ ਘੱਟ ਆ ਜਿਹੜੇ ਪ੍ਰੇਮ ਵਾਲੇ ਆ ਗੁਰੂ ਘਰ ਨਾਲ ਪ੍ਰੇਮ ਕਰਨ ਵਾਲੇ ਉਹਨਾਂ ਨੂੰ ਇਹਦੇ ਬਾਰੇ ਨੌਲੇਜ ਹੋ ਸਕਦੀ ਹੈ ਜਿਹੜੇ ਜਿਨ੍ਹਾਂ ਦੇ ਅੰਦਰ ਭਾਵਨਾ ਵੀ ਆਪਾਂ ਗੁਰੂ ਸਾਹਿਬ ਜੀ ਨੇ ਇੱਥੇ ਆਪਣੇ ਉਹਨਾਂ ਦਾ ਸਥਾਨ ਆ ਉੱਥੇ ਜਾ ਕੇ ਦੇਖਣਾ ਵਾ ਸ਼ਸਤਰ ਦੇਖਣੇ ਆ ਜੀ ਸਥਾਨਾਂ ਦੇ ਦਰਸ਼ਨ ਕਰਨੇ ਉਹ ਜਾਣਦੇ ਆ ਜਾਂ ਜਿਹੜੇ ਪੜ੍ਹਨ ਦਾ ਸ਼ੌਂਕ ਰੱਖਦੇ ਆ ਇਤਿਹਾਸ ਨੂੰ
तो जिहड़े बहुत सारे अपने बहुत गिणती इहो ही हो गई आ वी उह अजकल दे जिहड़े मान लो अपने दूजे पासे नूं जिहड़ा लचर कह लईए आपां, हांजी हांजी, अपने सलील पासे नूं ज़्यादा तुर पए आ, हांजी, तो उहो ही उहनां ने सुनी जाणा वा, उहो ही पढ़ी जाणा वा, तो उहो ही अगे उहनां ने लोकां नूं जिहड़ा वा ये कह सकते हैं भी जी अज की जी पीढ़ी है जिहड़ा सा नौजवान बच्चिया ने चाहे बच्चे ने उन्होंने दस्तारा तो सोहनिया सजाइया ने उन्होंने गुरु घर भी जाना सीखा है पर वह इतिहास तो मर्यादा तो हौली हौली टुटते जा रहे हैं। जी बिल्कुल सही गल है। ये टुटन का कारण की है? इतिहासक अस्थाना बारे जानकारी ना रखना, इतिहास तो दूर होना, जां उन्हां दी मन दे इह वलवले ने भी असीं जे अमृतधारी हो गए बाणा सजा लिया है तो यही सिख सजना है, जां इस तों अलावा जानकारी रखनी भी जरूरी है? टुटन दे कारण कई है, बहुत सारे कारण, पर मेन कारण जिहड़ा आ उन्हां दी रेड़ी रुचि आ। हाँ जी, जिमें मान लो बचपन तो जैसी रुचि जिन्ना उन्होंने रुचि होगी, इच्छा होगी, उन्होंने अंदर के मन की खेड होगी, उन्होंने वह जी चीज़ जी उन्होंने ग्रहण करनी हो। बिल्कुल बिल्कुल। जे उन्होंने घर के परिवार के इतिहास जोड़ा वा उन्होंने सुनने मिलया होगा, गुरसिखी जी आदि गुड़ती मिली होगी, हाँ जी, तो वह जरूर इतिहास में जानणगे, इतिहास के नेड़े जाणगे, पर जो उन्होंने अपने गुड़ती नहीं मिली, इतिहास नहीं सुनाया गया, सिखी के बारे कुछ दसिया नहीं गया, तो वह फिर इन्हां चीज़ों के बारे जिदा मान लो भी आम जिहड़ा मान लो भी जिदा मान लो कह लई जिहड़ा इस दायरे विच आ उन्हूं भी पढ़ना औखा वा, उहदे कोल टाइम अज के समय मुताबिक उहदे कोल टाइम भी बहुत घट आ। हाँ जी, हाँ जी, जिदा दा अजकल माहौल आ कामकार, हाँ जी, हाँ जी, विच बिजी आ लोग सारे, हाँ जी, पर जिहड़ा हुण जिहनूं पता ही कुछ नहीं आ, हाँ जी, सिक्खी बारे उह किवें इहनूं टाइम देगा, वह तो बस टाइम उहने अपनी रुचि मुताबिक ही देना आ। गुरद्वारा साहिब दे अंदर भी बैठे हुंदे आ आपां, उत्थे जा के भी उह चीज़ां वेखी दियां वा भी कथा हो रही आ, कीर्तन हो रहा वा, बाणी का जाप हो रहा वा, उहदे वल कोई ध्यान नहीं आ, केवल तो केवल जिहड़ी रुचि आ मोबाइलों वल जां अपनियां गल्लां जिहड़ियां संसारी आ उहनां वल ज़्यादा ध्यान दिता जांदा वा। जी, ये जिहड़ा कारण वा ये रुचि के मुताबिक आ, रुचि जिहड़ी बननी आ उह परिवार के माहौल तों ही बननी आ। एक गल होर नोट करना इतने मैं तुहानूं पुछना चाहुंदा, तुसीं रुचि की गल करदे हो भी परिवार तों बनती है, हाँ जी हाँ जी, परिवार अपनी रुचि कित्थों बनावे? परिवार ने रुचि बनाउणी सी उन्होंने दस्या जाना ही, पर दस्या भी नहीं गया, जिवें मान लो ये अपना सब तो पहला जिहड़ा वा अपना स्कूल आपां कह लईए तो वह गुरद्वारा साहिब आ, गुरद्वारा साहिब जाते हैं, मत्था टेकते हैं, नमस्कार करते हैं, तो घर नूं आ जांदे आ आपां। गुरद्वारा साहिब दे विचों सही आवाज़ नहीं आई, जिथे जिथे आवाज़ आई आ उत्थे उत्थे रुचि भी बनी आ जी, जिथे जिथे नहीं आई आवाज़ उत्थे रुचि नहीं बनी। आपां गल जिहड़ी कर रहे सी मैं कहिंदा भी आपां उत्थे ही जा के चलीए फिर, एक तो गुरु साहबाना दे वेले बारहवीं तेरहवीं सदवीं जी कह ली आप जी चौदह पंद्रह सदी जी गुरु साहबाना वाले चलती रही है जी, इन सदियों में भी बेअंत इतिहासक अस्थान से गुरु साहबाना दे जी जिहड़े अज दूर हो गए ने, वीहवीं सदी के अमृतसर कोई इतिहासक अस्थान ऐसे होवणगे जिहड़े अज उन्हां दा जिन्हां दा रुख जिन्हां दा माहौल जिन्हां दा सिस्टम बिल्कुल बदल दिता है, तुहाडे मुताबिक ऐसे किहड़े स्थान ने? दरबार साहिब भी जिवें मान लो बुंगियां की गल करिए तो बुंगियां की सारी भी जिहड़ी आ उह अपने पहली नहीं रह गई, जिवें पहला पुरानी देख होनी चाहिए सी उन्हां दी। जी जी, इहदा कारण क्यों बदले क्यों गए? बदलदा कारण सोच के मुताबिक एक तो उ साजिश बन जाती है कि अपने जड़ा वा पुरातन जी चीज़ है वह रह ना जाए, नवीन बन जाए सब, तो एक जड़ा अपने सिखी तो जड़ा वा जड़ा लोगों का जड़ा भरोसा वा विश्वास उठता रहे जाता रहे। मेरे मन च यह भी आता कि भी तो हो सकता भी उस पुराने माहौल में वेख के जड़ा नौजवान है कित उत्साहित ना हो जाए। जी ये भी है, ये जड़ा नुकसान मेरी कौम का होया कि मेरे अंदर वेख के खून ना खौल जाए मेरा, ये भी गल है। लेकिन इसे मैं जे इस भीहवीं सदी के चीज़ अज नौजवान एक्सैप्ट करता है भी वह बुंगियां देख के तो मन खून खौलता है, गुरु साहबाना संबंधित जिहड़ियां निशानियां ने उन्होंने देख के उहदे मन च सिखी कौना पैदा होएगी, जे बुंगियां नूं देख के खून खोल सकता है तो पुराने इतिहासक अस्थानों नूं देख के सिखी कौना पैदा होगी, पर यह जिहड़ी चीज़ है ये अलोप जिहड़ी है किन्ना किन्ना लोगों ने की है? अलोप दे विच जिदा मान लो भी पहरावा तो सिखी वाला ही लगता है भी सिखी लगता पहरावे तो, बिल्कुल जी जी, होर जिहड़ा बाहरी कोई जिदा मान लो बदाली वर्गे आए सी तो कहिंदे भी आपां सरोवर जिहड़ा आ पूर देना आ जी ते हरिमंदर साहिब ढा देना आ, हाँ जी, वह रहण नहीं देना, उन्हां दा ते मुकाबला सिखां ने कीता, हाँ जी, और हो भी गया, बिल्कुल जी, हाँ जी, रुक भी गया काम जी,
पर जिहड़ा हुण सिक्खी पहरावा ला के अपने धार्मिक स्थानां ते जिहदा मतलब इवें हमला करी जांदा इक ते उह निशानियां मिटाई जांदा बिलकुल ठीक है जी। दूजा प्रचार भी करी जांदा वा जी वी इहनां दी लोड़ कोई नहीं आ अज ते उह जिहड़े आपणे आ इह बहुत ज़्यादा नुकसान कर रही है चीज़ा ये गल होर दसदी सी कहिंदे वी इह चीज़ नुकसान करदी है बहुत ज़्यादा। हाँ जी हाँ जी गुरु साहब जी दे नाल माता खीवी जी का घर माता नानकी जी का चुल्हा जी गुरु नानक साहब जी की कंध बटाले वाली हाँ जी इस तो अलावा बेअंत होर पुरातन निशानियां ने जिहड़ियां जिन्हां दा रुख जिन्हां दा मूंह मुहांदरा अज बदल दिता है। सिख ने तो लैनी सी सिख्या जी सिख ने लैनी सी जानकारी पर ऐसा क्यों हुंदा है कि दूसरे लोग चाहे दूसरे धर्म के लोग कह लो जां पंजाब तो बाहर दे जिहड़े पाकिस्तान वर्गे स्टेटां ने हाँ जी जिहड़े उधर दे देश दे लोग ने हाँ जी उन्होंने अजे भी गुरु साहब जी दीआं पुरानीआं चीज़ां जिहड़ियां इमारतां सांभियां होईआं ने हाँ जी पंजाब कौन नहीं सांभदा पंजाब तो बाहर भी कई थां है जे आपां पंजाब तों बाहर दी गल करिए ना पंजाब तों बाहर भी कई थां ऐसे हैगे आ जिथे वो चीज़ां जिहड़ियां वा उन्हां नूं लुकाउण दा जतन कीता गया जिवें आपां नानक माता साहब की गल कर लीए हाँ जी नानक माता साहब दर्शन कर गए तो आप इतिहास में सुनिया भी सतगुरु महाराज जी उत्थे बैठे आ जदों हाँ जी तो पिपल जड़ा आ वह सिद्धा ने अपनी शक्ति नाल उन्हें उड़ाया वो पिपल दी जड़ा जड़ियाँ ही वो अपनी धरती तो काफ़ी उपर उठ गई उपर सी नज़र आउंदियां लोग वेखते आ तो जाके मन दे विच एक प्रेम एक श्रद्धा भी सतगुरु महाराज जी ने बजन किया उत्थे रुक गया आ जो वो आसे पासे भी थड़ा बना दिता गया वा तो थम्मियाँ दे दिती गईं थड़ा ऐसी तरीके ना बनाया गया भी वो जड़ा कोई वेख ही ना सके दिखता नहीं नज़र ही नहीं आता। अच्छा जी हाँ जी तो इहदे विच मैं एक गल होर करनी चाहुंना तुसी रुख की गल करते हो कि उत्थे थड़ा बना दिता गया हाँ जी होर भी बेअंत ऐसे रुख जिहड़े ने गुरु घर शामिल हन हाँ जी हाँ जी जिन्हां दा संबंध गुरु साहिबान नाल जुड़िया होया जी एक रुख तो की सिख्या मिलती है भी ये गुरु का जो रुख लगा भी ये जड़ा ये पूजन योग है सत्कार योग है नमस्कार करन योग है गुरमत की सिखाउंदी ते सिख की सिखदा है वो एक इतिहासक दी गवाही आ इतिहास जड़ा साडा एवें अपने होया एवें बतीत होया जिवें आपां पुरातन निशानियां दी भी गल करदे आ जे आपां फतेहगढ़ साहिब दी गल कीती है हाँ जी हाँ जी इतिहास विच एवें होया पर अज उह सानूं वेखण नूं नहीं मिलिया बिल्कुल आप एक महसूस कर सकते एक कल्पना कर सकते हाँ जी अपने अखा के सामने भी साहबजादे ऐसे ही साहबजादे उन्होंने नीह इदा चढ़िया गया जिमें अज आप फिल्म भी देखते दे, उस एक कल्पना की जा सकती जी, है जी। पर मिल नहीं रहा सानू रुख भी एक इतिहासक की गवाही भर रहा वा मैं इस गल हाँ। सहमत हाँ रुख अगवाई भरता हाँ जी सिख धर्म में जो रुख है सिखी की अगवाई भरता पर सिख जड़ा है वह रुख न पूजना रुख न पूजना चाहिए या नहीं इस बारे दसो भी इतिहास जोड़ा है स्रोत जो अगवाई दे रहा है वह पूजन वास्ते कह रहा पूजन वास्ते नहीं है पूजन वास्ते ऐसा क्यों बहुत इतिहासक स्थाना रुख की पूजा क्यों होती है अज्ञानता मनिया भी गुरु इतिहासक स्थान ने अज्ञानता नेरा आ हाँ जी उन्होंने गुरबाणी गुरमत नहीं चंगी तरह वाचिया नहीं पढ़िया गया जिमें कुछ लोग कर रहे हैं एक लोग जिदा मान लो भी जाते हैं तो देखते भी इतने मथा टेकया गया जी उन्होंने भी टेकता जाके जी बिना सोचने तो ही बिल्कुल भी ये इतिहास की है ये नहीं समझिया बिल्कुल भी उन्हें मथा टेकया दूजे ने भी टेकता पिछे हाँ जी हाँ जी एक वो आ एक पढ़ते भी इतिहास आए तो असं उन्हें वेखना भी हाँ वाकई ये साढ़े इतिहास का एक सबूत स्रोत आ सामने साढ़े भी इतने जरूर इतने विचार हुई सी जड़ा वो अपने रुख से उन्हें अपने इस तरीके सुका ही हरिया हो गया जी सिवे पासा जो गए वह हरिया हो गया सी जी जी हाँ जी जी पहला सिद्धा ने उन्होंने साड़ता ही जी जी तो बाद छेवें पासा गए तो हरिया हो गया हाँ जी ये इतिहास इतों आप जान के अपने अंदर प्रेम प्यार वधना गुरु घर नाल बिल्कुल ना कि रुख नाल आप रुख की पूजा करनी है जी जी ये बारे तो गुरबाणी गल हो कई थावां ते गुरु साहबाना के ना ते कोई घोड़े बना के भेटा कर रहे मतलब आर्टिफिशियल बना के घोड़े भी शायद इतों सू जे घोड़ा पिट्टा किया तो गड्डी मिल जानी मैं ये सोचता भी जे उ किसी भी तरह का कोई इतिहासक स्थान उत्थे बनया वो जी चीज़ बना के सिख जिहड़ा है आर्टिफिशियल बना के उत्थे भेटा करता है सोचता है कि मैं इत्थे आ चीज़ भेटा करनी मैं ये बदले आ मिलना है
इतिहासक स्रोत इस चीज़ा वास्ते ने जां साडी कौम दी अगवाई करन वास्ते है? नहीं, इस चीज़ा वास्ते नहीं है। भी आपां उहदे आर्टिफिशियल जां बना बना के आपां जो डुप्लीकेट आपां जे घोड़े उत्थे चढ़ाई जाइए तो इहदे नाल सानूं कोई लाभ आऊगा? लाभ तो सतगुरु महाराज की बाणी दसदी भी किवें होणा आ। गुरमत दसदी आ, इच्छा पूर्क सर्व सुख दाता हर जाके वासे है काम धिना, सो वैसा हर ध्याईए मेरे जीअड़े तां सर्व सुख पावे मेरे मना। जी जी, इस तरीके आपां वाहिगुरु कोलों दातां प्राप्त कर सकते हैं। पर ऐसी चीज़ों के नाल भी आप चीज़ चढ़ावे तो सतगुरु महाराज जी सानूं जिहड़ियां वा गड्डी दे दूगा, जां जो अहीं मंग रहे हो साडी मंग जिहड़ी आ पूरी होगी। गुरु साहिब नूं तां इन्हां चीज़ां की कोई बिल्कुल लोड़ नहीं। एक गल होर, गुरु नानक साहब नाल संबंधित कई इतिहासक अस्थान ने। माता नानक जी का भी बड़ा पवित्र स्थान है करतारपुर के विच। मैं एक गल तो तुहाड़े को पुछना चाहुंना भी अज साडी कौम दे विच जिहड़ा बेबे नानकी जी का चुल्हा सी, जिथे उन्होंने घर का प्रबंध चलता सी, घर का खाना पानी अनहार चलता सी, वह जिहड़ा चौंका सी, वह जिहड़ा चुल्हा सी, और जिहड़ी रसोई सी, अज वह ढा के अज वह जिहड़ा सिस्टम है वह पक्का क्यों किया गया? इहदा मतलब की सी भी कि अज जिहड़ियां निशानियां ने उहदा मतलब यह भी हो सकता है भी खत्म करन दा भी जिहड़ी जिहड़ी सिखी है, क्योंकि मैं एक विचार सुन कुछ सिखी जी है वह शुरू होंगी है आकार तो कुछ निरंकार तो, मेरे कहने तो भाव कि सिखी की गल नहीं, जेडे लोगों की भावना है कुछ छेती आकार तो प्रभावित होंगे ने कुछ निरंकार तो प्रभावित होंगे ने, जिद जिस बंदे की भावना आकार ना जुड़ी उन्हें आकार तो प्रभावित होकर गांह तुरना है। हाँ जी, तो जो आकार ही बदल दिता जाए तो मनुख की भावना भी बदलेगी, बदलती है जी। तो ये कि सिख जिहड़ा है वह लगातार आकार ना जुड़ के चल सकता जां निरंकार ना जुड़ के गांह तुरना उन्हें? पहला जिहड़ी शुरुआत आरंभता आ वैसे तो वह आकार ना ही होगी जी। वो किदा होंदी मैं थोड़ा दसो बारे। जिवें मान लो भी जदों आपां टकसाल च गए जिदा मान लो पढ़न गए जां मान लो संस्था च जाने उदों असीं इहो वेख के जा के गए भी एक मान लो भी काम के तौर पर किते के तौर पर आपां उत्थे जाने आ जी, सिखी की भावना उस टाइम तो कोई नहीं है जी। एक केवल तो केवल किता आ जी, जो उत्थे जाइदा फिर इतिहास सुना सुनाया जाता है, आप सुनते हैं इतिहास में फिर वो सामने आता अखा दे भी साढ़े गुरु साहब जी ने इन्ना कुछ होया जी, इदा उन्होंने कुरबानियां आई हैं, इदा साहबजाद दियां होर सिखां दियां। हाँ जी, जो आप सामने वो लैके आने तो फिर साढ़े अंदर प्रेम वाधा ये आकार हो गया। ठीक है जी, बिल्कुल। जो साढ़े अंदर प्यार बन गया गुरु नाल उदो फिर आकार की भी लोड़ नहीं जा रही, फिर निरंकार ही कला रह जाता। बिल्कुल, बहुत सारे गुरुद्वारों में अजायब घर बने होंगे ने जी, उन्होंने उपर जंगा दियाँ युद्धा दियाँ योधियां दियाँ तस्वीर लगियां ने, वो इसे लिए भी जो कोई वेखूगा पहला आकार ना जुड़े। हाँ जी, आकार देखिए निरंकार ना जुड़े, निरंकार ना होगा अपने संबंध बनूगा। मतलब इदा है जेड़ा जिदा जिदा शुरुआत पहला स्टेप आकार तो हो रहा है, अगर जे आकार बदल दिता जाए आकार ढा दिता जाए आकार तोड़ दिता जाए तो उस वेले जेड़ा श्रद्धा है प्यार है भावना है टुटेगा। मैं तो यो कहूँगा भी जो भी ये काम कर रहे हैं हाँ जी भावें कोई भी है, क्योंकि किसी वेले एक का नाम जो आप लेने ना कई अपने नहीं पचती गल जी जी, कोई भी आ भावें मान लो भी वो बाबा जी लगता है भावें कोई प्रोफेसर लगता है, जिहड़ा सानू आकार तो दूर लैके जा रहा ना समझ लो भी सिखी का दुश्मन कह सकते हैं। एक गल थोड़ी जी होर मैं इत्थे भी कर देनी चाहना, आकार जिहड़ा है ना वह इतिहास का हवाला देता हो ठीक है, वह जरूरी है, जरूरी है ना। हाँ जी, वो नहीं भी जेड़ा एवें बनया काल्पनिक। हाँ जी, तस्वीर जो गुरु नानक साहब दी कई तरह की बना दी जाती हैं जी, एक काल्पनिक आकार है ये बिल्कुल मनिया जाऊगा भी काल्पनिक, क्योंकि गुरु जी की तस्वीर नहीं कोई बना सकता। बिल्कुल, मैं जी विचार कर क्योंकि अपना जो विषय है ना वह पुरातन इतिहासक स्रोतों की गल है, मैं विचार ये रख रहा भी जी पुरानी चीज़ है उस तो सिक्ख्या की लैनी है, तो इस गल बारे मैनू ये दसो भी जेडे पुरानिया जिहड़ियां इतिहासक इमारतां ने चाहे पुराने योधे ने जंग वाली तस्वीर ने अज की बच्चियां वाली जिहड़ी पीढ़ी चल रही है जां उहनू आउण वाली जिहड़ी पीढ़ी है उहनू असीं इस तों किवें सिख्या दे सकदे हां? तस्वीर भी बहुत काम करदे जिहड़े बच्चे आ ना, ते तस्वीर बहुत ही ज़्यादा अहमियत जिहड़ी आ महत्वपूर्ण तस्वीर। हाँ जी, क्योंकि जो अं देखते हैं बच्चा मोबाइल नूं फट हाथ च लैंदा फोटो देखता है जी, बिल्कुल, जो आम फोटो देखूगा ज मान लो कोई अपने अजकल जिदा मान लो जो टीवी के मीडिया से आते जिन्होंने कह देंगे भी हीरो आ हीरोइन हाँ जी फिल्मों वाले। हाँ जी, तो
ਉਹਨੇ ਰੁਚੀ ਉਹ ਬਿਲਕੁਲ ਉਹੋ ਜੀ ਬਣੀ ਜਾਣੀ ਹੈ ਜਿਹੋ ਜਿਹਾਂ ਨੇ ਫੋਟੋਆਂ ਦੇਖੀਆਂ। ਬਿਲਕੁਲ ਜੀ ਬਿਲਕੁਲ। ਜੇ ਉਹਨਾਂ ਜਗ੍ਹਾ ਆਪਾਂ ਨੂੰ ਇਤਿਹਾਸ ਦੀਆਂ ਫੋਟੋਆਂ ਦਿਖਾਉਣੇ ਆ, ਜੰਗਾਂ ਦੀਆਂ, ਗੁਰੂ ਸਾਹਿਬਾਨਾਂ ਦੀਆਂ, ਜਾਂ ਭਾਈ ਲਾਲੋ ਜੀ ਦੀ ਫੋਟੋ ਵੀ ਬਣਾਈ ਵੀ ਉਹ ਆਪਣੀ ਮਿਹਨਤ ਕਰ ਰਹੇ ਆ, ਬਿਲਕੁਲ ਜੀ ਬਿਲਕੁਲ, ਇਵੇਂ ਹੋਰ ਕਈ ਜਿਹਨਾਂ ਨੂੰ ਆਪਾਂ ਗਿਣ ਨਹੀਂ ਸਕਦੇ। ਹਾਂਜੀ। ਉਹ ਫਿਰ ਉਹਦੀ ਜਿਹੜੀ ਰੁਚੀ ਆ, ਉਹਦੇ ਅੰਦਰ ਪ੍ਰੇਮ ਵੀ, ਉਹਦੇ ਅੰਦਰ ਉਹ ਗੁਣ ਵੀ ਆਊਗੇ ਜੀ। ਇਸ ਕਰਕੇ ਇਤਿਹਾਸ ਜਿਹੜਾ ਵਾ ਇੱਥੋਂ ਸਾਨੂੰ ਗੁਰੂ ਸਾਹਿਬ ਜੀ ਦੇ ਸਿੱਖਾਂ ਵਾਲੇ ਗੁਣ ਜਿਹੜੇ ਆ ਉਹ ਧਾਰਨ ਕਰਦੇ ਹਾਂ ਆਪਾਂ, ਉਹਨਾਂ ਨੂੰ ਵੇਖ ਕੇ ਵੀ, ਸੁਣ ਕੇ ਵੀ ਔਰ ਪੜ੍ਹ ਕੇ ਵੀ। ਮੈਨੂੰ ਇੱਕ ਮਿੰਟ ਦੇ ਵਿੱਚ ਤੁਸੀਂ ਇੱਕ ਜਵਾਬ ਜ਼ਰੂਰ ਦੇ ਕੇ ਜਾਇਓ, ਸਾਡੇ ਕੋਲ ਸਿਰਫ ਇੱਕ ਮਿੰਟ ਦਾ ਸਮਾਂ, ਵੀ ਸਾਨੂੰ ਤੁਸੀਂ ਇਹ ਦੱਸੋ ਵੀ ਦਰਸ਼ਕ ਤੁਹਾਨੂੰ ਸਾਰਿਆਂ ਨੂੰ ਵੇਖ ਰਹੇ ਨੇ, ਸਾਡੇ ਦਰਸ਼ਕਾਂ ਨੂੰ ਤੁਸੀਂ ਇਤਿਹਾਸਕ ਸਰੋਤਾਂ ਬਾਰੇ ਕੀ ਸਿੱਖਿਆ ਦੇਣਾ ਚਾਹੁੰਦੇ ਹੋ? ਇਤਿਹਾਸਕ ਸਰੋਤਾਂ ਬਾਰੇ ਤਾਂ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਵੀ ਸਾਰੀ ਸੰਗਤ ਜਿਹੜੀ ਆ ਵੀ ਵੱਧ ਤੋਂ ਵੱਧ ਸੁਚੇਤ ਹੋਣਾ ਚਾਹੀਦਾ, ਜਿੱਥੇ ਹੈ ਵਾ ਇਤਿਹਾਸਕ ਸਰੋਤ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਆ, ਕਿਉਂਕਿ ਬਹੁਤ ਹੀ ਜ਼ਰੂਰੀ ਆ। ਕਈ ਵਾਰ ਆਪਾਂ ਸੁਣਦੇ ਹਾਂ ਵੀ ਇਹ ਗੱਲ ਇਤਿਹਾਸਕ ਆ, ਅਤੇ ਜਾਂ ਕਈ ਕਹਿ ਦਿੰਦੇ ਵੀ ਇਵੇਂ ਨਹੀਂ ਹੋ ਸਕਦਾ, ਉੱਥੇ ਉਹਦੇ ਲਈ ਸਾਨੂੰ ਜਿਹੜਾ ਵਾ ਸਰੋਤ ਆ ਇਤਿਹਾਸਕ ਉਹਨੂੰ ਜ਼ਰੂਰੀ ਸੰਭਾਲ ਕੇ ਰੱਖਣ ਦੀ ਲੋੜ ਆ, ਉਹਨੂੰ ਆਪਣੇ ਸਿੱਖ ਸੰਗਤ ਜਿਹੜੀ ਆ ਸੰਭਾਲ ਕੇ ਰੱਖੇ, ਅਤੇ ਜਿਹੜੇ ਆਪਣੇ ਨਹੀਂ ਅੱਜ ਕੱਲ੍ਹ ਉਹ ਲੋਪ ਹੋ ਚੁੱਕੇ ਆ ਜਾਂ ਕੀਤਾ ਗਿਆ ਵਾ, ਉਹਨਾਂ ਬਾਰੇ ਯਤਨਸ਼ੀਲ ਹੋਵੇ ਵੀ ਜਿਹੜੇ ਬਚਾ ਸਕਦੇ ਉਹਨਾਂ ਨੂੰ ਬਚਾਈਏ। ਬਿਲਕੁਲ, ਇਹ ਬਹੁਤ ਜ਼ਰੂਰੀ ਆ ਸਿੱਖੀ ਲਈ ਆਪਾਂ ਨੂੰ। ਬਿਲਕੁਲ। ਸੋ ਦਰਸ਼ਕੋ ਜਾਣ, ਇਹ ਸਾਡਾ ਮਕਸਦ ਇਹੋ ਹੀ ਹੁੰਦਾ ਹੈ ਕਿ ਸਾਡੇ ਪ੍ਰੋਗਰਾਮ ਦਾ ਵੀ ਜਿਹੜੀ ਚੀਜ਼ਾਂ ਸਾਡੀ ਕੌਮ ਵਾਸਤੇ ਜ਼ਰੂਰੀ ਨੇ ਆਪਾਂ ਉਹਨੂੰ ਸਾਂਭਿਆ ਜਾਵੇ, ਰੱਖਿਆ ਜਾਵੇ। ਸੋ ਇਸ ਵਾਸਤੇ ਤੁਹਾਡੇ ਇਲਾਕੇ ਆਸ ਪਾਸ ਕੋਈ ਬੰਦਾ ਇਹੋ ਜਿਹੀ ਇਮਾਰਤ ਢਾਉਂਦਾ ਹੈ ਪੁਰਾਣੀ, ਉਹਨੂੰ ਰੋਕਣ ਦੀ ਕੋਸ਼ਿਸ਼ ਕਰੋ ਤਾਂ ਕਿ ਆਪਣਾ ਇਤਿਹਾਸ ਜਿਹੜਾ ਪੁਰਾਣਾ ਬਚਾਇਆ ਜਾ ਸਕੇ। ਸੋ ਸਾਡਾ ਇਹ ਪ੍ਰੋਗਰਾਮ ਹਰ ਹਫ਼ਤੇ ਨਵੀਂ ਵਿਚਾਰ ਲੈ ਕੇ ਹਾਜ਼ਰ ਹੁੰਦਾ ਹੈ। ਸੋ ਅਗਲੇ ਹਫ਼ਤੇ ਫਿਰ ਨਵੇਂ ਵਿਦਵਾਨ ਨਾਲ ਨਵੀਂ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ ਅਤੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।